ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਸ਼ੁਰੂ ਕਰਦੇ ਹਾਂ ਅੱਜ ਦੇ ਕਰੰਟ ਅਫੇਅਰਸ ਦੇ ਨਾਲ। ਸਭ ਤੋਂ ਪਹਿਲੀ ਨਿਊਜ਼ ਆ ਗਿਆ ਦੀ ਸਟੇਟ ਆਫ ਦਾ ਵਰਲਡ ਪਾਪੂਲੇਸ਼ਨ ਰਿਪੋਰਟ 2019। ਸੁਪਰ ਇੰਪੋਰਟੈਂਟ ਟੋਪਿਕ ਹੈ ਇਹ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਇਸ ਰਿਪੋਰਟ ਨੂੰ ਰਿਲੀਜ਼ ਕਿਹਦੇ ਦੁਆਰਾ ਕੀਤਾ ਗਿਆ? ਉਹ ਕੀਤਾ ਜੀ ਯੂਨਾਈਟਿਡ ਨੇਸ਼ਨਸ ਪਾਪੂਲੇਸ਼ਨ ਫੰਡ UNFPA ਦੁਆਰਾ। ਇਹਦਾ ਹੈੱਡਕੁਆਰਟਰ ਕਿੱਥੇ ਹੈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ। ਇਸ ਰਿਪੋਰਟ ਦੇ ਵਿੱਚ ਬੇਸਿਕਲੀ ਕਾਫੀ ਸਾਰਾ ਡਾਟਾ ਦਿੱਤਾ ਗਿਆ ਤੇ ਆਪਣੇ ਇੰਡੀਆ ਸਪੈਸੀਫਿਕ ਵੀ ਕਾਫੀ ਸਾਰਾ ਡਾਟਾ ਇਸ ਰਿਪੋਰਟ ਦੇ ਵਿੱਚ ਦਿੱਤਾ ਗਿਆ। ਆਪਣੇ ਇੰਡੀਆ ਦੀ ਪਾਪੂਲੇਸ਼ਨ ਅੱਜ ਦੇ ਸਮੇਂ ਯਾਨੀ ਕਿ 2019 ਦੇ ਵਿੱਚ ਇੰਡੀਆ ਦੇ ਵਿੱਚ ਕਿੰਨੀ ਪਾਪੂਲੇਸ਼ਨ ਹੈ ਤੇ ਇੰਡੀਆ ਆਪਦੀ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਕਿਹੜੇ ਕਿਹੜੇ ਚੈਲੰਜਸ ਫੇਸ ਕਰ ਰਿਹਾ, ਇਹ ਸਾਰਾ ਕੁਝ ਇਸ ਰਿਪੋਰਟ ਦੇ ਵਿੱਚ ਦਿੱਤਾ ਗਿਆ ਤੇ ਆਪਾਂ ਨੇ ਉਹ ਸਾਰਾ ਕੁਝ ਐਨਾਲਾਈਜ਼ ਕਰਨਾ। ਹੁਣ ਆਪਾਂ ਗੱਲ ਕਰਦੇ ਹਾਂ ਇੰਡੀਆ ਸਪੈਸੀਫਿਕ ਫਾਈਂਡਿੰਗਸ। ਕੱਲੇ ਇੰਡੀਆ ਦੇ ਨਾਲ ਰਿਲੇਟਡ ਜਿਹੜਾ ਡਾਟਾ ਇਸ ਰਿਪੋਰਟ ਦੇ ਵਿੱਚ ਦਿੱਤਾ ਗਿਆ ਆਪਾਂ ਨੇ ਉਹ ਪੜ੍ਹਨਾ। ਤਾਂ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਵੀ 2019 ਦੇ ਵਿੱਚ ਇੰਡੀਆ ਦੀ ਪਾਪੂਲੇਸ਼ਨ ਕਿੰਨੀ ਹੈ, ਉਹ ਹੈਗੀ ਜੀ 1.37 ਬਿਲੀਅਨ, ਯਾਨੀ ਕਿ ਅੱਜ ਦੇ ਸਮੇਂ ਇੰਡੀਆ ਦੇ ਵਿੱਚ 137 ਕਰੋੜ ਲੋਕ ਰਹਿ ਰਹੇ ਨੇ। ਠੀਕ ਹੈ, ਇਹ ਮੌਜੂਦਾ ਪਾਪੂਲੇਸ਼ਨ ਹੈ ਆਪਣੇ ਇੰਡੀਆ ਦੀ। ਤੇ ਇਹ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਹੈ ਇਹ ਦੁਨੀਆ ਦੀ ਜਿੰਨੀ ਵੀ ਪਾਪੂਲੇਸ਼ਨ ਹੈ ਉਹਦਾ 1/6 ਹੈ। ਇੰਨੀ ਜ਼ਿਆਦਾ ਪਾਪੂਲੇਸ਼ਨ ਅੱਜ ਦੇ ਸਮੇਂ ਆਪਣੀ ਕੰਟਰੀ ਦੇ ਵਿੱਚ। ਤੇ ਜਿਹੜੀ ਇਹ 137 ਕਰੋੜ ਪਾਪੂਲੇਸ਼ਨ ਹੈ ਇਹ ਹਰ ਸਾਲ ਕਿੰਨੇ ਰੇਟ ਤੇ ਗਰੋ ਕਰ ਰਹੀ ਹੈ, ਉਹ ਗਰੋ ਕਰ ਰਿਹਾ ਜੀ 1.2% ਦੇ ਤੇ। ਜੇ ਆਪਾਂ ਪੂਰੇ ਵਰਲਡ ਦੇ ਗਰੋਥ ਰੇਟ ਦੀ ਗੱਲ ਕਰੀਏ ਤਾਂ ਉਹ ਵੀ 1.2% ਹੈ। ਇਹਦਾ ਮਤਲਬ ਇਹ ਹੈ ਵੀ ਪੂਰੀ ਦੁਨੀਆ ਦੀ ਜਿਹੜੀ ਗਰੋਥ ਰੇਟ ਹੈ ਜਿੰਨੇ ਰੇਟ ਤੇ ਪੂਰੀ ਦੁਨੀਆ ਦੀ ਪਾਪੂਲੇਸ਼ਨ ਗਰੋ ਕਰ ਰਹੀ ਹੈ ਉਨੇ ਰੇਟ ਤੇ ਆਪਣਾ ਇਕੱਲਾ ਇੰਡੀਆ ਹੀ ਗਰੋ ਕਰ ਰਿਹਾ, ਬਹੁਤ ਹੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ। ਉਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਲਾਈਫ ਐਕਸਪੈਕਟੈਂਸੀ ਐਟ ਬਰਥ ਰੇਸ਼ੋ, ਇਹ ਕਿੰਨੀ ਹੈ। ਦੇਖੋ ਓਨ ਐਂਡ ਐਵਰੇਜ ਆਪਾਂ ਪੂਰੇ ਵਰਲਡ ਦੀ ਗੱਲ ਕਰੀਏ ਤਾਂ ਪੂਰੇ ਵਰਲਡ ਦੇ ਐਵਰੇਜ ਇੱਕ ਇਨਸਾਨ ਔਸਤਨ 72 ਸਾਲ ਦੀ ਉਮਰ ਆਪਦੀ ਲਾਈਫ ਬਤੀਤ ਕਰਦਾ। ਬਟ ਇੰਡੀਆ ਦੇ ਵਿੱਚ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹ ਕਾਫੀ ਘੱਟ ਹੈ, ਉਹ ਹੈਗੀ ਜੀ 69 ਸਾਲ, 69 ਈਅਰ। ਕਾਫੀ ਚਿੰਤਾ ਵਾਲੀ ਗੱਲ ਹੈ, ਕਈ ਕਾਰਨਾਂ ਕਰਕੇ ਆਪਣੀ ਲਾਈਫ ਐਕਸਪੈਕਟੈਂਸੀ ਘੱਟ ਹੈ। ਕਿਵੇਂ? ਇੱਕ ਤਾਂ ਬੱਚਿਆਂ ਦੇ ਵਿੱਚ ਅੱਜ ਦੇ ਸਮੇਂ ਬਹੁਤ ਜ਼ਿਆਦਾ ਮਾਲ ਨਿਊਟ੍ਰੀਸ਼ਨ ਹੈਗੀ, ਇੰਡੀਆ ਦੀ ਪਾਪੂਲੇਸ਼ਨ ਵੱਧ ਰਹੀ ਹੈ, ਇਹਦੇ ਕਰਕੇ ਕਈ ਗਰੀਬਾਂ ਨੂੰ ਤਾਂ ਭੋਜਨ ਮਿਲਦਾ ਨਹੀਂ। ਉਸ ਤੋਂ ਇਲਾਵਾ ਪੋਲਿਊਸ਼ਨ ਹੋ ਗਿਆ, ਹੋਰ ਕਈ ਤਰ੍ਹਾਂ ਦੇ ਜਿਹੜੇ ਫੈਕਟਰਸ ਨੇ, ਇਹਨਾਂ ਕਰਕੇ ਆਪਣੀ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਇਹ ਘੱਟ ਰਹੀ ਹੈ। ਤੁਸੀਂ ਯੂਰੋਪ ਵੱਲ ਚਲੇ ਜਾਓ, ਯੂਰੋਪ ਦੇ ਵਿੱਚ ਜਿਹੜੀ ਕੰਟਰੀਜ਼ ਨੇ ਉਹਨਾਂ ਦੀ ਲਾਈਫ ਐਕਸਪੈਕਟੈਂਸੀ ਬਹੁਤ ਹੀ ਜ਼ਿਆਦਾ ਵਧੀਆ ਹੈ। ਇੱਕ ਤਾਂ ਉਹਨਾਂ ਦੀ ਪਾਪੂਲੇਸ਼ਨ ਘੱਟ ਹੈ, ਦੂਸਰਾ ਪੋਲਿਊਸ਼ਨ ਕਾਫੀ ਘੱਟ ਹੈ, ਉਸ ਤੋਂ ਇਲਾਵਾ ਉਹਨਾਂ ਦੇ ਲੋਕਾਂ ਵਿੱਚ ਗਰੀਬੀ ਜਮੀ ਹੈਗੀ, ਪੋਵਰਟੀ ਬਹੁਤ ਘੱਟ ਹੈ। ਇਹਨਾਂ ਕਾਰਨਾਂ ਕਰਕੇ ਉੱਥੋਂ ਦੇ ਜਿਹੜੇ ਲੋਕ ਨੇ ਬਹੁਤ ਹੀ ਵਧੀਆ ਲਾਈਫ ਬਤੀਤ ਕਰਦੇ ਨੇ ਤੇ ਆਪਣੇ ਇੰਡੀਆ ਦੇ ਵਿੱਚ ਇਹ ਲਾਈਫ ਐਕਸਪੈਕਟੈਂਸੀ ਬਹੁਤ ਘੱਟ ਹੈ। ਉਸ ਤੋਂ ਇਲਾਵਾ ਆਪਾਂ ਗੱਲ ਕਰਦੇ ਜੀ ਮੈਟਰਨਲ ਮੋਰਟੈਲਿਟੀ ਰੇਸ਼ੋ ਦੀ, ਇਹ ਕੀ ਚੀਜ਼ ਹੈ। 2-3 ਦਿਨ ਪਹਿਲਾਂ ਮੈਂ ਇੱਕ ਕੁਐਸਚਨ ਪੁੱਛਿਆ ਤੁਹਾਡੇ ਤੋਂ ਵੀ ਜਿਹੜਾ ਮੈਟਰਨਲ ਮੋਰਟੈਲਿਟੀ ਰੇਟ ਹੁੰਦਾ ਹੈ ਇਹ ਪਰ 1000 ਹੁੰਦਾ ਹੈ ਜਾਂ ਪਰ ਲੈਕ ਹੁੰਦਾ ਹੈ। 2-3 ਬੱਚਿਆਂ ਨੇ ਤਾਂ ਆਨਸਰ ਵੀ ਦਿੱਤਾ ਸੀ ਬਟ ਉਹਨਾਂ ਦਾ ਉਹ ਆਨਸਰ ਗਲਤ ਸੀਗਾ, ਉਹਨਾਂ ਨੇ ਪਰ 1000 ਦੱਸਿਆ ਸੀ। ਬਟ ਮੈਟਰਨਲ ਮੋਰਟੈਲਿਟੀ ਜਿਹੜਾ ਰੇਟ ਹੁੰਦਾ ਹੈ ਇਹ ਪਰ ਲੈਕ ਲਾਈ ਪਰਸ ਹੁੰਦਾ ਹੈ। ਇਹ ਹੁੰਦਾ ਕੀ ਹੈ, ਇਹਦੇ ਵਿੱਚ ਇੱਕ ਔਰਤ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਿਹੜੀ ਆਪਣੇ ਪਰ ਲੈਕ 1 ਲੱਖ ਦੇ ਵਿੱਚ ਕਿੰਨੀਆਂ ਔਰਤਾਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹਨੂੰ ਕਹਿੰਦੇ ਨੇ ਜੀ ਮੈਟਰਨਲ ਮੋਰਟੈਲਿਟੀ ਰੇਟ। ਤੇ ਚਲੋ ਖੁਸ਼ੀ ਵਾਲੀ ਗੱਲ ਇਹ ਹੈ ਆਪਣੇ ਇੰਡੀਆ ਦੇ ਵਿੱਚ ਇਹ ਜਿਹੜਾ ਮੈਟਰਨਲ ਮੋਰਟੈਲਿਟੀ ਰੇਸ਼ੋ ਹੈਗੀ MMR ਇਹ ਇੰਪਰੂਵ ਹੋਈ ਹੈ। 2015 ਦੇ ਵਿੱਚ ਡਾਟਾ ਆਇਆ ਸੀ ਉਦੋਂ ਆਪਣੀ MMR ਘੱਟ ਕੇ 174 ਡੈਥਸ ਪਰ ਲੈਖ ਲਾਈਵ ਬਰਸ ਹੋ ਗਈ ਸੀ। 1994 ਦੇ ਡਾਟਾ ਦੇ ਅਕੋਰਡਿੰਗ ਆਪਣੇ ਇੰਡੀਆ ਦੇ ਵਿੱਚ ਲਗਭਗ 1 ਲੱਖ ਦੇ ਵਿੱਚ 450 ਔਰਤਾਂ ਦੀ ਜਿਹੜੀ ਡੈਥ ਹੋ ਜਾਂਦੀ ਸੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ। ਤੇ ਆਪਾਂ ਗਲੋਬਲ MMR ਦੀ ਗੱਲ ਕਰੀਏ ਤਾਂ ਉਹ ਹੈਗੀ ਜੀ 216, ਮਤਲਬ ਆਪਣੇ ਇੰਡੀਆ ਦੀ ਜਿਹੜੀ MMR ਹੈਗੀ ਉਹ ਗਲੋਬਲੀ ਘੱਟ ਹੈਗੀ। ਠੀਕ ਹੈ, ਮਤਲਬ ਦੁਨੀਆ ਗਲੋਬਲ ਦੀ ਐਵਰੇਜ ਨਾਲੋਂ ਘੱਟ ਹੈ, ਇਹ ਆਪਣੇ ਲਈ ਵਧੀਆ ਗੱਲ। ਉਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਫਰਟੀਲਿਟੀ ਰੇਟ ਦੀ, ਇਹ ਕੀ ਚੀਜ਼ ਹੈ ਸਮਝੋ ਪਹਿਲਾਂ। ਦੇਖੋ ਫਰਟੀਲਿਟੀ ਰੇਟ ਦਾ ਮਤਲਬ ਇਹ ਹੁੰਦਾ ਇੱਕ ਔਰਤ ਔਨ ਐਂਡ ਐਵਰੇਜ ਕਿੰਨੇ ਬੱਚਿਆਂ ਨੂੰ ਜਨਮ ਦਿੰਦੀ ਹੈ ਉਹਨੂੰ ਕਹਿੰਦੇ ਨੇ ਫਰਟੀਲਿਟੀ ਰੇਟ। ਤੇ ਆਪਣੇ ਇੰਡੀਆ ਦਾ ਫਰਟੀਲਿਟੀ ਰੇਟ ਹੈਗਾ 2.3 ਬਰਥਸ ਪਰ ਵੂਮੈਨ। ਤੇ ਆਪਾਂ ਜੇ ਇਹਨੂੰ ਕੰਪੇਅਰ ਕਰੀਏ ਵਰਲਡ ਵਾਈਡ ਪੂਰੀ ਦੁਨੀਆ ਦਾ ਆਪਾਂ ਫਰਟੀਲਿਟੀ ਰੇਟ ਦੀ ਗੱਲ ਕਰੀਏ ਤਾਂ ਉਹ ਹੈਗਾ ਜੀ 2.5। ਸੋ ਇਹ ਡਾਟਾ ਸੀਗਾ ਇੰਡੀਆ ਦੇ ਨਾਲ ਸਪੈਸੀਫਿਕ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਪੇਸ਼ ਕੀਤਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਆਪਣਾ ਇੰਡੀਆ ਗਰੋ ਕਰਕੇ 2027 ਤੱਕ ਆਪਾਂ ਪਹੁੰਚਾਂਗੇ ਉਦੋਂ ਆਪਣੀ ਪਾਪੂਲੇਸ਼ਨ ਕਿੰਨੀ ਹੋਊਗੀ, ਬਹੁਤ ਹੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ। 2027 ਤੱਕ ਪਹੁੰਚਦੇ ਆਪਣੀ ਜਿਹੜੀ ਪਾਪੂਲੇਸ਼ਨ ਹੈ ਇੰਡੀਆ ਦੀ ਉਹ 1.50 ਬਿਲੀਅਨ ਹੋ ਜੂਗੀ, ਯਾਨੀ ਕਿ 150 ਕਰੋੜ ਤੱਕ ਆਪਣੇ ਦੇਸ਼ ਦੀ ਆਬਾਦੀ ਪਹੁੰਚ ਜੂਗੀ। ਤੇ 2027 ਤੋਂ ਬਾਅਦ ਆਪਾਂ ਚਾਈਨਾ ਦੀ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਵੀ ਕ੍ਰੋਸ ਕਰ ਜਾਂਗੇ, ਯਾਨੀ ਕਿ 2027 ਤੋਂ ਬਾਅਦ ਆਪਾਂ ਦੁਨੀਆ ਦੀ ਸਭ ਤੋਂ ਜ਼ਿਆਦਾ ਪਾਪੂਲਸ ਕੰਟਰੀ ਹੋਵਾਂਗੇ ਇੰਡੀਆ। ਬਹੁਤ ਹੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਇਹ ਆਪਣੇ ਲਈ। ਤੇ 2027 ਤੋਂ ਬਾਅਦ ਦੁਨੀਆ ਦੇ 5 ਜਿਹੜੀਆਂ ਟੌਪ ਵਰਲਡ ਦੀ ਮੋਸਟ ਪਾਪੂਲਸ ਕੰਟਰੀਜ਼ ਹੋਣਗੀਆਂ ਉਹਨਾਂ ਦਾ ਡਾਟਾ ਇਸ ਤਰ੍ਹਾਂ ਦਿੱਤਾ ਹੋਇਆ, ਇਹ ਤੁਸੀਂ ਇੱਥੋਂ ਦੇਖ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕਿਹੜੇ ਕਿਹੜੇ ਚੈਲੰਜਸ ਆ ਰਹੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਰਲੀ ਮੈਰਿਜ।
ਦੇਖੋ ਆਪਣੇ ਇੰਡੀਆ ਦੇ ਵਿੱਚ ਕਈ ਬੈਕਵਰਡ ਏਰੀਏ ਨੇ ਅੱਜ ਦੇ ਸਮੇਂ, ਆਪਣੇ ਪੰਜਾਬ ਦੇ ਵਿੱਚ ਵੀ ਹੈਗੇ ਨੇ, ਤੇ ਉੱਥੇ ਔਰਥੋਡੋਕਸੀ ਕਾਫੀ ਜ਼ਿਆਦਾ, ਜਿਹੜੀਆਂ ਉੱਥੋਂ ਦੀਆਂ ਛੋਟੀਆਂ ਛੋਟੀਆਂ ਕੁੜੀਆਂ ਨੇ ਉਹਨਾਂ ਦਾ ਛੋਟੀ ਉਮਰੇ ਵਿਆਹ ਕਰ ਦਿੱਤਾ ਹੈਗਾ, ਤੇ ਇਹਦੇ ਨਾਲ ਕੀ ਹੁੰਦਾ ਔਰਤਾਂ ਦੀ ਜਿਹੜੀ ਫੀਮੇਲ ਵੂਮੈਨ ਐਮਪਾਵਰਮੈਂਟ ਹੈ ਤੇ ਰੀਪ੍ਰੋਡਕਟਿਵ ਰਾਈਟਸ ਨੇ ਉਹਨਾਂ ਦੇ ਰਾਹ ਦੇ ਵਿੱਚ ਇਹ ਅਰਲੀ ਮੈਰਿਜ ਓਬਸਟੈਕਲ ਹੈ। ਇੱਕ ਪ੍ਰੋਪਰ ਔਰਤਾਂ ਨੂੰ ਹੱਕ ਹੋਣਾ ਚਾਹੀਦਾ ਹੈ ਵੀ ਕਦੋਂ ਉਹਨਾਂ ਦੀ ਸਹੀ ਉਮਰਾਂ ਵਿਆਹ ਕਰਾਉਣ ਦੀ ਤੇ ਬੱਚਿਆਂ ਨੂੰ ਜਨਮ ਦੇਣ ਦੀ, ਤੇ ਇਹ ਆਪਣੇ ਆਪਣੇ ਇੰਡੀਆ ਦੇ ਵਿੱਚ ਨਾ ਤਾਂ ਕੋਈ ਪ੍ਰੋਪਰ ਸੈਕਸ਼ੂਅਲ ਰਾਈਟਸ ਨੇ ਤੇ ਨਾ ਕੋਈ ਪ੍ਰੋਪਰ ਰੀਪ੍ਰੋਡਕਟਿਵ ਰਾਈਟਸ ਨੇ, ਆਪਣੇ ਇੰਡੀਆ ਦੇ ਵਿੱਚ ਇਹਨਾਂ ਚੀਜ਼ਾਂ ਦੀ ਐਬਸੈਂਸ ਹੈ, ਤੇ ਇਹ ਚੀਜ਼ਾਂ ਵੂਮੈਨ ਦੀ ਐਮਪਾਵਰਮੈਂਟ ਦੇ ਖਿਲਾਫ ਨੇ। ਕਿਵੇਂ? ਇੱਕ ਤਾਂ ਔਰਤਾਂ ਨੂੰ ਫਿਰ ਪ੍ਰੋਪਰ ਐਜੂਕੇਸ਼ਨ ਨਹੀਂ ਮਿਲ ਪਾਉਂਦੀ, ਕਿਉਂ? ਕਿਉਂਕਿ ਛੋਟੇ ਉਮਰੇ ਕਈ ਪਿੰਡਾਂ ਦੇ ਵਿੱਚ ਤਾਂ ਕੁੜੀਆਂ ਨੂੰ ਵਿਆਹ ਦਿੱਤਾ ਜਾਂਦਾ, ਇਹਦੇ ਨਾਲ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਜਾਂਦੀ, ਤੇ ਇਹਦੇ ਨਾਲ ਆਪਣੇ ਇੰਡੀਆ ਦੇ ਵਿੱਚ ਜਿਹੜਾ ਜੈਂਡਰ ਗੈਪ ਹੈ ਉਹ ਵੀ ਨਹੀਂ ਘਟਦਾ, ਉਸ ਤੋਂ ਇਲਾਵਾ ਉਹ ਆਪਦੇ ਪੈਰਾਂ ਤੇ ਖੜੀਆਂ ਨਹੀਂ ਹੋ ਸਕਦੀਆਂ, ਇਨਕਮ ਨਹੀਂ ਜਨਰੇਟ ਕਰ ਸਕਦੀਆਂ, ਤੇ ਇਹ ਸਾਰੀਆਂ ਚੀਜ਼ਾਂ ਆਪਣੇ ਲਈ ਹੋਣੇ। ਤੇ ਉਸ ਤੋਂ ਇਲਾਵਾ ਆਪਣੀ ਜਿਹੜੀ ਇਹ ਪਾਪੂਲੇਸ਼ਨ ਹੈ ਇਹਨੂੰ ਇਸ ਚੀਜ਼ ਨਾਲ ਕੰਟਰੋਲ ਨਹੀਂ ਹੋਣੀ, ਕਿਉਂ? ਕਿਉਂਕਿ ਕਈ ਜਗ੍ਹਾ ਤੇ ਤਾਂ ਔਰਤਾਂ ਨੂੰ ਸਿਰਫ ਬੱਚੇ ਜਨਮ ਦੇਣ ਵਾਲੀ ਮਸ਼ੀਨ ਹੀ ਸਮਝਿਆ ਜਾਂਦਾ, ਕਈ ਪਿੰਡਾਂ ਦੇ ਵਿੱਚ ਤਾਂ ਇਨਫੈਕਟ ਜਿਹੜੀਆਂ ਔਰਤਾਂ ਨੇ ਕੋਈ 2 ਬੱਚਿਆਂ ਨੂੰ ਜਨਮ ਦੇ ਰਹੀ ਹੈ, ਕੋਈ 3, ਕੋਈ 6 ਤੱਕ ਵੀ ਬੱਚਿਆਂ ਨੂੰ ਜਨਮ ਦਿੱਤਾ ਜਾ ਰਿਹਾ ਹੈਗਾ, ਤੇ ਇਹ ਚੀਜ਼ ਏਦਾਂ ਕੰਟਰੋਲ ਨਹੀਂ ਹੋਣੀ ਜੇ ਆਪਾਂ ਏਦਾਂ ਹੀ ਮਤਲਬ ਆਪਣੇ ਦੇਸ਼ ਦੇ ਵਿੱਚ ਕੋਈ ਪ੍ਰੋਪਰ ਇਹ ਰੀਪ੍ਰੋਡਕਟਿਵ ਤੇ ਸੈਕਸ਼ੂਅਲ ਰਾਈਟਸ ਨਹੀਂ ਹੈਗੇ। ਉਸ ਤੋਂ ਇਲਾਵਾ ਆਪਾਂ ਹੋਰ ਗੱਲ ਕਰਦੇ ਹਾਂ, ਦੁਨੀਆਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਏਜਿੰਗ ਕਰ ਰਹੀ ਹੈ, ਠੀਕ ਹੈ? ਇਹ ਕੀ ਚੀਜ਼ਾਂ, ਇਹਨੂੰ ਸਮਝੋ ਧਿਆਨ ਨਾਲ, ਬਹੁਤ ਹੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਆਪਣੇ ਇੰਡੀਆ ਦੇ ਲਈ ਨਹੀਂ, ਪੂਰੀ ਦੁਨੀਆਂ ਦੇ ਲਈ। ਇਹਦਾ ਮਤਲਬ ਇਹ ਹੈ ਪੂਰੀ ਦੁਨੀਆਂ ਦੇ ਵਿੱਚ ਜਿਹੜੀ ਸੀਨੀਅਰ ਸਿਟੀਜ਼ਨ ਦੀ ਪਾਪੂਲੇਸ਼ਨ ਹੈ ਜਿਨ੍ਹਾਂ ਦੀ ਉਮਰ 65 ਸਾਲ ਜਾਂ ਉਹ ਤੋਂ ਜ਼ਿਆਦਾ ਹੈ, ਉਹਨਾਂ ਦੀ ਪਾਪੂਲੇਸ਼ਨ ਦਾ ਜਿਹੜਾ ਰੇਟ ਹੈਗਾ ਉਹ ਗਰੋ ਕਰਨ ਦਾ ਉਹ ਕਾਫੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਆਪਣੀ ਜਿਹੜੀ ਯੰਗਸਟਰ ਪਾਪੂਲੇਸ਼ਨ ਹੈ, ਆਪਣੇ ਜਿਹੜੇ ਜਵਾਨ ਲੋਕਾਂ ਦੀ ਪਾਪੂਲੇਸ਼ਨ ਹੈ 15-35 ਸਾਲ ਤੱਕ ਦੇ ਲੋਕਾਂ ਦੀ, ਇਹ ਉਮਰ ਦੇ ਜਿਹੜੇ ਲੋਕ ਨੇ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਇਹਨਾਂ ਦੀ ਗਰੋ ਕਰਨ ਦਾ ਜਿਹੜਾ ਰੇਟ ਹੈ ਉਹ ਘੱਟ ਹੈ ਐਜ਼ ਕੰਪੇਅਰ ਟੂ ਸੀਨੀਅਰ ਸਿਟੀਜ਼ਨ। ਇਹ ਬਹੁਤ ਹੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਆਪਣੇ ਇੰਡੀਆ ਲਈ। ਸੋ ਇਹ ਸਾਰਾ ਕੁਝ ਕੰਸਰਨ ਸੀਗੇ, ਇਸ ਚੈਲੰਜ ਹੀ ਸੀਗੇ ਆਪਣੇ ਇੰਡੀਆ ਦੇ ਅੱਗੇ ਤੇ ਸਾਰੀ ਦੁਨੀਆਂ ਦੇ ਅੱਗੇ ਇਸ ਰਿਪੋਰਟ ਦੇ ਵਿੱਚ ਦਿੱਤੇ ਹੋਏ ਨੇ, ਤੇ ਆਪਾਂ ਇਹਦੇ ਬਾਰੇ ਪੜ੍ਹ ਲਏ। ਅਗਲੀ ਨਿਊਜ਼ ਆ ਗਈ US ਸਪੇਸ ਕਮਾਂਡ, ਇਹ ਵੀ ਕਾਫੀ ਇੰਪੋਰਟੈਂਟ ਨਿਊਜ਼ ਹੈ। US ਨੇ ਇੱਕ ਨਵੀਂ ਸਪੇਸ ਕਮਾਂਡ ਲਾਂਚ ਕੀਤੀ ਹੈ ਆਪਣੇ ਇੰਡੀਆ ਦੇ ਨਾਲ, ਤੁਸੀਂ ਕੰਪੇਅਰ ਕਰਕੇ ਦੇਖੋ। ਆਪਣੇ ਇੰਡੀਆ ਦੇ ਵਿੱਚ ਆਰਮੀ ਹੈਗੀ ਹੈ, ਏਅਰਫੋਰਸ ਹੈਗੀ ਹੈ, ਨੇਵੀ ਹੈਗੀ ਹੈ, ਸਿਮਿਲਰਲੀ US ਦੇ ਵਿੱਚ ਵੀ ਇਹਨਾਂ ਦੀ ਵੱਖ ਵੱਖ ਕਮਾਂਡਸ ਨੇ, ਜਿਵੇਂ ਕਿ ਇੱਕ ਡੈਲਟਾ ਕਮਾਂਡ ਹੋ ਗਈ, ਇੰਡੋ ਪੈਸੀਫਿਕ ਕਮਾਂਡ ਹੋ ਗਈ, ਏਦਾਂ ਇਹਨਾਂ ਦੇ ਕਈ ਕਮਾਂਡਸ ਨੇ, ਤੇ ਇਹਨਾਂ ਨੇ ਇੱਕ ਨਵੀਂ ਕਮਾਂਡ ਇਹਨਾਂ ਨੇ ਬਣਾਤੀ, ਉਹ ਹੈਗੀ ਜੀ ਸਪੇਸ ਕਮਾਂਡ। ਵੈਸੇ ਤਾਂ ਇਹ ਚਲੋ ਮੂਰਖਤਾ ਵਾਲੀ ਗੱਲ ਹੈ, ਇਹਨਾਂ ਨੇ ਆਪਦਾ ਖਰਚਾ ਹੀ ਵਧਾਇਆ। ਇਸ ਕਮਾਂਡ ਦੇ ਵਿੱਚ ਜਿਹੜੇ ਇਹ ਸੋਲਜਰਸ ਨੇ ਇਹ ਕਿੱਥੋਂ ਲੈ ਜਾਣਗੇ, ਇਹਦੇ ਕੀ ਫਾਇਦੇ ਨੁਕਸਾਨ ਨੇ, ਇਹ ਆਪਣੇ ਲਈ ਇੰਪੋਰਟੈਂਟ ਨਹੀਂ ਹੈਗਾ। ਆਪਣੇ ਲਈ ਇਹ ਇੰਪੋਰਟੈਂਟ ਹੈ ਵੀ ਸਪੇਸ ਅੱਜ ਦੇ ਸਮੇਂ ਇਹਨਾਂ ਕੰਟਰੀਜ਼ ਦੇ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਕਿਉਂ ਬਣਿਆ ਹੈ, ਇਹੋ ਜਿਹਾ ਕੀ ਕਾਰਨ ਹੈ। ਦੇਖੋ ਜਿਹੜੀਆਂ ਇਹ ਸੁਪਰ ਪਾਵਰ ਕੰਟਰੀਜ਼ ਨੇ, ਰਸ਼ੀਆ, US, ਚਾਈਨਾ, ਫਰਾਂਸ, ਜਰਮਨੀ, ਇੰਡੀਆ, ਇਹਨਾਂ ਸਾਰਿਆਂ ਦੇ ਲਈ ਸਪੇਸ ਅੱਜ ਦੇ ਸਮੇਂ ਬਹੁਤ ਇੰਪੋਰਟੈਂਟ ਹੈ। ਕਿਉਂ? ਕਿਉਂਕਿ ਇੱਕ ਤਾਂ ਅੱਜ ਦੇ ਸਮੇਂ ਇਹਨਾਂ ਕੰਟਰੀਜ਼ ਦੇ ਇੰਪੋਰਟੈਂਟ ਕਾਫੀ ਇੰਪੋਰਟੈਂਟ ਜਿਹੜੇ ਸੈਟੇਲਾਈਟਸ ਨੇ ਉਹ ਸਪੇਸ ਦੇ ਵਿੱਚ ਲਾਂਚ ਕੀਤੇ ਹੋਏ ਨੇ, ਤੇ ਹੁਣ ਫਰਜ਼ ਕਰੋ ਕਈ ਕੰਟਰੀਜ਼ ਕੋਲ ਅੱਜ ਦੇ ਸਮੇਂ ਇੱਕ ਕੈਪੇਬਿਲਿਟੀ ਆ ਗਈ ਵੀ ਉਹ ਆਪਦੀ ਜਾਂ ਕਿਸੇ ਦੂਸਰੀ ਕੰਟਰੀ ਦੀ ਜਿਹੜੀ ਸੈਟੇਲਾਈਟ ਹੈ ਉਹਨੂੰ ਸਪੇਸ ਦੇ ਵਿੱਚ ਡਿਸਟਰੋਏ ਕਰ ਸਕਦੇ ਨੇ। ਅੱਜ ਦੇ ਸਮੇਂ ਇਹ ਟੈਕਨੋਲੋਜੀ ਸਿਰਫ 4 ਕੰਟਰੀਜ਼ ਕੋਲ ਹੈ, ਕਿਹੜੀਆਂ ਕਿਹੜੀਆਂ? US ਹੋ ਗਈ, ਆਪਣੀ ਰਸ਼ੀਆ ਹੋ ਗਈ, ਚਾਈਨਾ ਤੇ ਇੰਡੀਆ। ਤੇ ਹੁਣ US ਨਹੀਂ ਚਾਹੁੰਦਾ ਵੀ ਸਾਡੀਆਂ ਸੈਟੇਲਾਈਟਸ ਨੂੰ ਕੋਈ ਆ ਕੇ ਡਿਸਟਰੋਏ ਕਰੇ, ਕਿਉਂ? ਕਿਉਂਕਿ ਰਸ਼ੀਆ ਤੇ ਚਾਈਨਾ ਇਹ US ਦੇ ਪੱਕੇ ਦੁਸ਼ਮਣ ਨੇ, ਜੇ ਇਹਨਾਂ ਦੇ ਨਾਲ ਜੰਗ ਵੀ ਲੱਗੀ ਫਰਜ਼ ਕਰੋ ਤਾਂ ਇਹਨਾਂ ਦੀ ਸੈਟੇਲਾਈਟਸ ਇਹਨਾਂ ਕੰਟਰੀ ਦੁਆਰਾ ਡਿਸਟਰੋਏ ਕੀਤੀ ਜਾ ਸਕਦੀ ਹੈ। ਤੇ ਇਹ ਜਿਹੜੇ ਸੈਟੇਲਾਈਟਸ ਨੇ ਇਹ ਇੰਨੀਆਂ ਜ਼ਿਆਦਾ ਇੰਪੋਰਟੈਂਟ ਤਾਂ ਨੇ ਕਿਉਂਕਿ ਕਿਸੇ ਕੰਟਰੀ ਦੀ ਇਕਨੋਮੀ ਵੀ ਡਿਪੈਂਡ ਕਰ ਸਕਦੇ ਇਹਨਾਂ ਸੈਟੇਲਾਈਟਸ ਉੱਪਰ। ਕਿਵੇਂ? ਕਿਉਂਕਿ ਜਿਹੜੀ ਬੈਂਕਿੰਗ ਦੇ ਟ੍ਰਾਂਜੈਕਸ਼ਨ ਹੁੰਦੀਆਂ ਨੇ ਉਹ ਕਈ ਸੈਟੇਲਾਈਟ ਡਾਟਾ ਦੇ ਥਰੂ ਹੁੰਦੀਆਂ ਨੇ, ਠੀਕ ਹੈ? ਤੇ ਜੇ ਇਹ ਰੁਕ ਗਿਆ ਤਾਂ ਬੈਂਕਾਂ ਦਾ ਜਿਹੜਾ ਕੰਮ ਹੈ ਉਹ ਰੁਕ ਸਕਦਾ। ਉਸ ਤੋਂ ਇਲਾਵਾ ਆਪਾਂ ਟੈਲੀਵਿਜ਼ਨ ਦੇਖਦੇ ਹਾਂ, ਆਪਾਂ ਟਰੈਵਲ ਕਰਦੇ ਹਾਂ, ਆਪਾਂ GPS ਡਿਵਾਈਸ ਵਰਤਦੇ ਹਾਂ, ਉਹ ਸਾਰੇ ਇਹ ਸੈਟੇਲਾਈਟ ਦੇ ਥਰੂ ਓਪਰੇਟ ਹੁੰਦੇ ਨੇ, ਇਹ ਸਾਰਾ ਕੁਝ ਰੁਕ ਸਕਦਾ। ਉਸ ਤੋਂ ਇਲਾਵਾ ਸਾਰੀਆਂ ਕੰਟਰੀ ਦੇ ਜਿਹੜੇ ਕਈ ਮਿਲਟਰੀ ਓਪਰੇਟਰਸ ਹੈਗੇ, ਠੀਕ ਹੈ, ਜਿਵੇਂ ਆਪਣੇ ਇੰਡੀਆ ਦੇ ਵਿੱਚ ਕਈ ਇਹੋ ਜਿਹੇ ਮਿਲਟਰੀ ਇਕਵਿਪਮੈਂਟ ਨੇਗੇ ਜਿਹੜੇ ਸੈਟੇਲਾਈਟ ਦੇ ਡਾਟਾ ਤੋਂ ਚੱਲਦੇ ਨੇ, ਜੇ ਉਹ ਮਤਲਬ ਸੈਟੇਲਾਈਟ ਡਿਸਟਰੋਏ ਹੋ ਗਿਆ ਤਾਂ ਇਹ ਮਿਲਟਰੀ ਇਕਵਿਪਮੈਂਟ ਹੀ ਖਰਾਬ ਹੋ ਸਕਦੇ ਨੇ। ਸੋ ਇੰਨਾ ਇੰਪੋਰਟੈਂਟ ਹੈ ਸਪੇਸ ਆਪਣੇ ਲਈ, ਤੇ ਆਪਾਂ ਇਹਨੂੰ ਆਪਾਂ ਆਪਣੇ ਖੇਡ ਦਾ, ਠੀਕ ਹੈ, ਆਪਣੀ ਲੜਾਈ ਦਾ ਮੈਦਾਨ ਬਣਾ ਰਹੇ ਨੇ ਇਹ ਸਾਰੀਆਂ ਕੰਟਰੀਜ਼, ਤੇ ਸਪੇਸ ਦੇ ਵਿੱਚ ਜਿਹੜਾ ਡੈਬਰੀ ਹੈਗਾ ਇਹਨੂੰ ਵੀ ਇਹ ਇਨਕਰੀਜ਼ ਕਰ ਰਹੇ ਨੇ, ਤੇ ਸਪੇਸ ਤਾਂ ਕਰਕੇ ਅੱਜ ਦੇ ਸਮੇਂ ਇਹਨਾਂ ਕੰਟਰੀਜ਼ ਲਈ ਇੰਨਾ ਜ਼ਿਆਦਾ ਇੰਪੋਰਟੈਂਸ ਬਣਿਆ ਹੈ। ਧਰਤੀ ਤੇ ਤਾਂ ਇਹ ਆਪਦਾ ਦਬਦਬਾ ਬਣਾਉਣ ਨੂੰ ਫਿਰਦੇ ਹੀ ਨੇ, ਬਟ ਇਹ ਸਪੇਸ ਦੇ ਵਿੱਚ ਵੀ ਆਪਦਾ ਦਬਦਬਾ ਬਣਾਉਣ ਨੂੰ ਫਿਰਦੇ ਨੇ ਇਹ ਸਾਰੀਆਂ ਕੰਟਰੀਜ਼, ਤਾਂ ਕਰਕੇ ਇਹਨਾਂ ਦੇ ਲਈ ਸਪੇਸ ਕਾਫੀ ਇੰਪੋਰਟੈਂਟ ਹੈ। ਅਗਲੀ ਨਿਊਜ਼ ਆ ਗਈ ਮਾਈਕਲ ਫੈਰਾਡੇ ਤੇ ਇਹਨਾਂ ਦਾ ਜਿਹੜਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦਾ ਲਾਅ ਸੀ ਉਹਦੇ ਨਾਲ ਰਿਲੇਟਡ ਨਿਊਜ਼ ਕੀ ਹੈ। 2 ਦਿਨ ਪਹਿਲਾਂ ਜਾਣੀ ਕਿ 29 ਅਗਸਤ 1831 ਨੂੰ ਬ੍ਰਿਟਿਸ਼ ਸਾਇੰਟਿਸਟ ਸੀਗੇ ਮਾਈਕਲ
ਤੇ ਉਹ ਕਿਹੜੀਆਂ ਨੇ ਕਿਹੜੀਆਂ ਇਹਨਾਂ ਦੀ ਇਨਵੈਂਸ਼ਨ ਨੇ, ਇੱਕ ਤਾਂ ਹੋ ਗਈ ਇਲੈਕਟ੍ਰਿਕ ਮੋਟਰ ਹੋ ਗਿਆ, ਟਰਾਂਸਫਾਰਮਰਸ ਹੋ ਗਏ, ਇੰਡਕਟਰਸ ਹੋ ਗਏ, ਜਨਰੇਟਰਸ ਹੋ ਗਏ, ਇਹ ਇਹਨਾਂ ਦੇ ਡਿਸਕਵਰੀਜ਼ ਨੇ। ਤੇ ਹੋਰ ਇਹਨਾਂ ਨੇ ਕਿਹੜੇ ਕਿਹੜੇ ਕੰਟਰੀਬਿਊਸ਼ਨ ਨਿਭਾਏ ਨੇ, ਇੱਕ ਤਾਂ ਇਹਨਾਂ ਨੇ ਬੈਨਜ਼ੀਨ ਡਿਸਕਵਰ ਕੀਤਾ ਸੀਗਾ, ਔਰਗੈਨਿਕ ਕੰਪਾਊਂਡ ਹੈਗਾ ਬੈਨਜ਼ੀਨ। ਉਸ ਤੋਂ ਇਲਾਵਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੋ ਗਈ, ਡਾਇਆਮੈਗਨੈਟਿਜ਼ਮ ਹੋ ਗਈ, ਇਲੈਕਟ੍ਰੋਲਾਈਸਿਸ ਹੋ ਗਿਆ। ਇਹਨਾਂ ਸਾਰਿਆਂ ਨੇ ਜਦੋਂ ਇਹ ਚੀਜ਼ਾਂ ਟਰਮਨ ਨਿਊਜ਼ ਦੇ ਵਿੱਚ ਆਈ ਜਾਣਗੀਆਂ ਤੇ ਮੈਂ ਤੁਹਾਨੂੰ ਉੱਥੇ ਕਲੀਅਰ ਕਰਦਾ ਜਾਊਂਗਾ। ਹੁਣ ਆਪਾਂ ਪੜ੍ਹਦੇ ਹਾਂ ਵੀ ਜਿਹੜਾ ਇਹ ਫੈਰੇਡੇ ਦਾ ਇਲੈਕਟ੍ਰੋਮੈਗਨੈਟਿਕ ਦਾ ਲਾਅ ਸੀਗਾ, ਉਹ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦਾ ਇਹ ਕੀ ਚੀਜ਼ ਸੀਗਾ। ਦੇਖੋ ਜਿਹੜਾ ਕੁਝ ਇੱਥੇ ਲਿਖਿਆ ਹੋਇਆ ਇਹ ਤੁਸੀਂ PDF ਦੇ ਵਿੱਚ ਹੀ ਪੜ੍ਹ ਸਕਦੇ ਹੋ। ਮੈਂ ਤੁਹਾਨੂੰ ਬੇਸਿਕ ਸਮਝਾਉਣਾ ਵੀ ਇਹ ਹੈਗਾ ਕੀ ਸੀ ਤੇ ਕੰਮ ਕਿਵੇਂ ਕਰਦਾ ਸੀ। ਦੇਖੋ ਆਪਾਂ ਨੇ ਕੋਈ ਫਿਜਿਕਸ ਦੀ MSc ਫਿਜਿਕਸ ਦੀ ਡਿਗਰੀ ਲੈਣੀ, ਆਪਾਂ ਨੇ ਸਿਰਫ ਪੇਪਰ ਪੁਆਇੰਟ ਆਫ ਵਿਊ ਦੇ ਨਾਲ ਸਿਰਫ ਬੇਸਿਕ ਦੇ ਵਿੱਚ ਸਮਝਣਾ ਵੀ ਫੈਰਾਡੇਜ਼ ਲਾਅ ਆਫ ਇਲੈਕਟ੍ਰੋਮੈਗਨੈਟਿਕ ਜਿਹੜਾ ਇੰਡਕਸ਼ਨ ਸੀਗਾ ਇਹ ਕਹਿੰਦਾ ਕੀ ਸੀ। ਬੇਸਿਕਲੀ ਇਹਦੇ ਵਿੱਚ ਫੈਰਾਡੇ ਨੇ ਕੀ ਕਰਿਆ, ਇੱਕ ਕਰੰਟ ਕੈਰਿੰਗ ਕੋਇਲ ਲੈ ਲਈ ਆਹ ਦੇਖੋ, ਤੇ ਇਹਨੂੰ ਦੋ ਦੇ ਨਾਲ ਇੱਕ ਤਾਂ ਗਲਵੈਨੋਮੀਟਰ ਦੇ ਨਾਲ ਕਨੈਕਟ ਕਰਤਾ ਇਹਦਾ ਹਿੱਸਾ, ਤੇ ਦੂਸਰਾ ਇਹਨੇ ਬੈਟਰੀ ਦੇ ਨਾਲ ਕਨੈਕਟ ਕਰਤਾ, ਇੱਥੇ ਤਾਂ ਕਲੀਅਰ। ਤੇ ਇੱਕ ਇਹਨੇ ਲੈ ਲਈ ਜੀ ਮਤਲਬ ਮੈਗਨੇਟ, ਇਹਨੇ ਚੁੰਬਕ ਲੈ ਲਈ। ਆਹ ਤੁਸੀਂ ਦੇਖ ਰਹੇ ਹੋ ਨੌਰਥ ਸਾਊਥ, ਇੱਕ ਚੁੰਬਕ ਦੇ ਹਮੇਸ਼ਾ ਦੋ ਪੋਲਸ ਹੁੰਦੇ ਨੇ, ਇੱਕ ਹੁੰਦਾ ਉਹਦਾ ਸਾਊਥ ਪੋਲ ਤੇ ਇੱਕ ਹੁੰਦਾ ਨੌਰਥ ਪੋਲ। ਹੁਣ ਜੇ ਮੈਂ ਫਰਜ਼ ਕਰੋ ਇਹ ਜਿਹੜੀ ਮੈਗਨੇਟ ਹੈ ਇਹਨੂੰ ਮੈਂ ਬਚਾਵਾਂ ਕੱਟਦਾ, ਕੀ ਇਹਦਾ ਇਕੱਲਾ ਨੌਰਥ ਪੋਲ ਰਹਿ ਜੂਗਾ ਤੇ ਇੱਧਰਲੀ ਸਾਈਡ ਦਾ ਸਾਊਥ ਪੋਲ ਰਹਿ ਜੂਗਾ? ਬਿਲਕੁਲ ਨਹੀਂ। ਧਿਆਨ 'ਚ ਰੱਖਿਓ ਇੱਕ ਮੈਗਨੇਟ ਨੂੰ ਤੁਸੀਂ ਚਾਹੇ ਜਿੰਨੇ ਮਰਜ਼ੀ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਉਹਨੂੰ ਤੋੜ ਦਿਓ, ਉਹਦੇ ਹਮੇਸ਼ਾ ਹੀ ਦੋ ਪੋਲ ਹੋਣਗੇ, ਯਾਨੀ ਕਿ ਸਿੰਗਲ ਪੋਲ ਕਦੇ ਵੀ ਐਗਜ਼ਿਸਟ ਨਹੀਂ ਕਰਦਾ ਕਿਸੇ ਮੈਗਨੇਟ ਦੇ ਵਿੱਚ। ਤੇ ਹੁਣ ਆਹ ਮੈਗਨੇਟ ਹੈਗਾ, ਠੀਕ ਹੈ, ਇਹ ਚੁੰਬਕ ਹੈਗੀ, ਇਹਦੀ ਆਕਰਸ਼ਕ ਇਹਦੀ ਅਟਰੈਕਟਿਵ ਪਾਵਰ ਵੀ ਹੈ। ਤੇ ਹੁਣ ਇਹਦੇ ਵਿੱਚੋਂ ਮੈਗਨੈਟਿਕ ਫੀਲਡ ਦੀਆਂ ਲਾਈਨਾਂ ਵੀ ਕ੍ਰੋਸ ਕਰਦੇ ਹਨ, ਜਿਵੇਂ ਇੱਥੇ ਇਮੈਜਿਨਰੀ ਲਾਈਨਾਂ ਨੇ ਹੈਗੀਆਂ, ਮੈਂ ਇੱਥੇ ਜਿੱਧਰ ਨੂੰ ਕਰਸਰ ਘੁਮਾ ਰਿਹਾ ਉੱਧਰ ਤੁਸੀਂ ਦੇਖੀ ਜਾਓ ਨੌਰਥ ਪੋਲ ਤਾਂ, ਅੱਜ ਦੇਖੋ ਕੋਈ ਲਾਈਨ ਮੈਗਨੈਟਿਕ ਫੀਲਡ ਦੇ ਇੱਧਰ ਨੂੰ ਚਲੇਗੀ, ਕੋਈ ਇੱਧਰ ਨੂੰ ਚਲੇਗੀ, ਕੋਈ ਸਿੱਧਾ ਚਲੇਗੀ, ਕੋਈ ਨੀਚੇ ਨੂੰ ਆ ਗਈ। ਇਹ ਲਾਈਨਾਂ ਜਦੋਂ ਇਹ ਮੈਗਨੈਟ ਨੂੰ ਕੀ ਕਰੂਗੀ, ਫੈਰਾਡੇ ਨੇ ਕੀ ਕੀਤਾ ਸੀ, ਇਹ ਮੈਗਨੈਟ ਨੂੰ ਜਦੋਂ ਇਹ ਇੱਧਰ ਨੂੰ ਲੈ ਕੇ ਗਿਆ ਕੋਇਲ ਦੇ ਬੱਲ ਨੂੰ ਲੈ ਕੇ ਗਿਆ, ਤਾਂ ਇਹ ਮੈਗਨੈਟਿਕ ਫੀਲਡ ਨੇ ਇਸ ਕੋਇਲ ਦੇ ਥਰੂ ਪਾਸ ਹੋਈਆਂ, ਤੇ ਇਹਦੇ ਨਾਲ ਕੀ ਹੋਇਆ ਜਿਹੜਾ ਮੈਗਨੈਟਿਕ ਫਲਕਸ ਸੀਗਾ ਉਹ ਚੇਂਜ ਹੋ ਗਿਆ। ਉਹਦੇ ਚੇਂਜ ਹੋਣ ਨਾਲ ਕੀ ਹੋਇਆ, ਗਲਵੈਨੋਮੀਟਰ ਦੇ ਜਿਹੜੀ ਮਤਲਬ ਇਹ ਸੂਈ ਸੀਗੀ ਇਹ ਅੱਗੇ ਜਾ ਕੇ ਇਹ ਘੁੰਮ ਗਈ। ਹੁਣ ਗਲਵੈਨੋਮੀਟਰ ਕਾਹਦੇ ਲਈ ਵਰਤਿਆ ਜਾਂਦਾ ਹੈ? ਇਹ ਬੇਸਿਕਲੀ ਕਰੰਟ ਨੂੰ ਡਿਟੈਕਟ ਕਰਦਾ ਵੀ ਕਿਸੇ ਚੀਜ਼ ਦੇ ਵਿੱਚ ਕਰੰਟ ਹੈਗਾ ਜਾਂ ਨਹੀਂ, ਇਹ ਗਲਵੈਨੋਮੀਟਰ ਉਹਨੂੰ ਡਿਟੈਕਟ ਕਰਦਾ। ਇਹਦਾ ਮਤਲਬ ਇਹ ਹੈ ਜਦੋਂ ਵੀ ਆਪਾਂ ਕਿਸੇ ਮੈਗਨੈਟ ਨੂੰ ਕਿਸੇ ਕੋਇਲ ਦੇ ਅੱਗੇ ਪਿੱਛੇ ਘੁਮਾਵਾਂਗੇ ਤਾਂ ਇਹਦੇ ਨਾਲ ਇੱਕ ਤਾਂ ਇਲੈਕਟ੍ਰੋਮੈਗਨੈਟਿਕ ਫੋਰਸ ਜਨਰੇਟ ਹੋਗੀ, ਤੇ ਉਸ ਇਲੈਕਟ੍ਰੋਮੈਗਨੈਟਿਕ ਫੋਰਸ ਦੇ ਨਾਲ ਜਿਹੜਾ ਕਰੰਟ ਇੰਡਿਊਸ ਹੋਊਗਾ ਉਹਨੂੰ ਕਹਿੰਦੇ ਨੇ ਇਲੈਕਟ੍ਰੋਮੈਗਨੈਟਿਕ ਕਰੰਟ। ਇਹ ਸੀਗਾ ਫੈਰਾਡੇ ਦਾ ਐਕਸਪੈਰੀਮੈਂਟ। ਤੇ ਜੇ ਇਸੇ ਮੈਗਨੈਟ ਨੂੰ ਆਪਾਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਘੁਮਾਉਣੇ ਆ ਤਾਂ ਗਲਵੈਨੋਮੀਟਰ ਦੀ ਜਿਹੜੀ ਡਿਫਲੈਕਸ਼ਨ ਹੈਗੀ ਉਹ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੁੰਦੀ ਸੀ, ਤੇ ਜੇ ਆਪਾਂ ਇਹਨੂੰ ਤੇਜ਼ ਜਾਂ ਹੌਲੀ ਘੁਮਾਉਣਾ ਤੇ ਉਸ ਸਪੀਡ ਦੇ ਨਾਲ ਜਿਹੜੀ ਗਲਵੈਨੋਮੀਟਰ ਦੀ ਨੀਡਲ ਆ ਉਹ ਉਨੀ ਹੀ ਤੇਜ਼ ਹੌਲੀ ਘੁੰਮਦੀ ਸੀਗੀ। ਸੋ ਇਹ ਸੀਗੇ ਆਪਣੇ ਫੈਰਾਡੇ ਦੇ ਇਲੈਕਟ੍ਰੋਮੈਗਨੈਟਿਕ ਲਾਅ ਦੇ ਇੰਡਕਸ਼ਨ, ਤੇ ਇਹ ਸੀਗਾ ਇਹਦਾ ਐਕਸਪੈਰੀਮੈਂਟ। ਅਗਲੀ ਨਿਊਜ਼ ਆ ਗਈ ਜਿਹੜਾ ਜਿਮ ਕੋਰਬਟ ਟਾਈਗਰ ਰਿਜ਼ਰਵ ਹੈਗਾ ਉੱਤਰਾਖੰਡ ਦੇ ਵਿੱਚ, ਉਹਦੇ ਹੁਣ ਖੁਦ ਤੋਂ ਇੱਕ ਸਪੈਸ਼ਲ ਟਾਈਗਰ ਫੋਰਸ ਹੋਗੀ। ਉੱਤਰਾਖੰਡ ਦੇ ਵਿੱਚ ਕਾਫੀ ਟਾਈਗਰਸ ਨੇ, ਆਪਾਂ ਰਿਪੋਰਟ ਦੇ ਵਿੱਚ ਵੀ ਪੜਿਆ ਸੀਗਾ। ਸੋ ਉੱਤਰਾਖੰਡ ਦੀ ਸਰਕਾਰ ਨੇ ਉਹਨਾਂ ਟਾਈਗਰਸ ਨੂੰ ਪ੍ਰੋਟੈਕਟ ਕਰਨ ਦੇ ਲਈ, ਉਹਨਾਂ ਦੀ ਇਲੀਗਲ ਪੋਚਿੰਗ ਨਾ ਹੋ ਸਕੇ, ਉਹਨਾਂ ਦਾ ਹਿਊਮਨ ਐਨੀਮਲ ਕਨਫਲਿਕਟ ਨਾ ਹੋ ਸਕੇ, ਇਹਦੇ ਲਈ ਇਹਨਾਂ ਨੇ ਇੱਕ ਸਪੈਸ਼ਲ ਟਾਈਗਰ ਫੋਰਸ ਇਹਨਾਂ ਨੇ ਡਿਸਾਈਡ ਕਰੀ ਹੈ ਵੀ ਅਸੀਂ ਬਣਾਵਾਂਗੇ ਇਕੱਲੇ ਜਿਮ ਕੋਰਬਟ ਟਾਈਗਰ ਰਿਜ਼ਰਵ ਦੇ ਲਈ। ਇਹ ਛੋਟੀ ਜਿਹੀ ਨਿਊਜ਼ ਸੀ, ਧਿਆਨ ਚ ਰੱਖਿਓ। ਲਾਸਟ ਵਿੱਚ ਬੁਲੇਟਿਨ ਨਿਊਜ਼ ਦੇਖਦੇ ਆਪਾਂ। ਸਭ ਤੋਂ ਪਹਿਲਾਂ ਇੱਕ ਕੈਂਪੇਨ ਲਾਂਚ ਕੀਤਾ ਗਿਆ, ਉਹਦਾ ਨਾਮ ਹੈਗਾ ਕੈਂਪੇਨ ਅੰਗੀਕਾਰ ਤੇ ਈ ਕੋਰਸ। ਇਹ ਕੀ ਚੀਜ਼ ਹੈ? ਇਹਨਾਂ ਨੂੰ ਲਾਂਚ ਕੀਤਾ ਆਪਣੇ ਜਿਹੜੇ ਹਾਊਸਿੰਗ ਐਂਡ ਅਰਬਨ ਅਫੇਅਰ ਮਿਨਿਸਟਰੀ ਹੈ ਉਹਦੇ ਮਿਨਿਸਟਰ ਆਫ ਸਟੇਟ ਹਰਦੀਪ ਸਿੰਘ ਪੁਰੀ ਨੇ ਉਹਨਾਂ ਨੇ ਲਾਂਚ ਕੀਤਾ, ਤੇ ਇਹਦੇ ਵਿੱਚ ਜਿੰਨੇ ਵੀ ਆਪਣੇ ਬਿਹੇਵੀਅਰ ਤੇ ਸੋਸ਼ਲ ਚੇਂਜਸ ਨੇ ਉਹਨਾਂ ਦੇ ਉੱਪਰ ਫੋਕਸ ਕੀਤਾ ਗਿਆ, ਜਿਵੇਂ ਕਿ ਵਾਟਰ ਤੇ ਐਨਰਜੀ ਕੰਜ਼ਰਵੇਸ਼ਨ, ਵੇਸਟ ਮੈਨੇਜਮੈਂਟ, ਹੈਲਥ, ਟ੍ਰੀ ਪਲਾਂਟੇਸ਼ਨ, ਸੈਨੀਟੇਸ਼ਨ, ਹਾਈਜੀਨ, ਇਹ ਸਾਰੀਆਂ ਚੀਜ਼ਾਂ ਦੇ ਉੱਪਰ ਫੋਕਸ ਕੀਤਾ ਹੈ ਇਸ ਕੈਂਪੇਨ ਦੇ ਵਿੱਚ। ਅਗਲੀ ਨਿਊਜ਼ ਆ ਗਈ, ਪਾਕਿਸਤਾਨ ਨੇ ਹੁਣੇ ਹੁਣੇ ਆਪਦੀ ਇੱਕ ਨਿਊਕਲੀਅਰ ਕੈਪੇਬਲ ਬੈਲਿਸਟਿਕ ਮਿਸਾਈਲ ਟੈਸਟ ਫਾਇਰ ਕਰੀ ਹੈ, ਉਹਦਾ ਨਾਮ ਹੈਗਾ ਗਜ਼ਨਬੀ। ਇਹ ਜ਼ਿਆਦਾ ਸਟਾਰ ਬਣਦੇ ਨੇ, ਮੈਨੂੰ ਲੱਗਦਾ ਸ਼ੂਗਰ ਚੈੱਕ ਕਰਾਉਣਗੇ ਇਹ ਇੰਡੀਆ ਨੂੰ, ਇਹ ਚਲੋ ਛੱਡੋ। ਤੇ ਉਸ ਤੋਂ ਇਲਾਵਾ ਅਗਲੇ ਇੱਕ ਪ੍ਰਾਈਜ਼ ਅਵਾਰਡ ਮਿਲਿਆ, ਉਹਦਾ ਨਾਮ ਹੈਗਾ 2019 ਦਾ US ਟੈਕ ਪ੍ਰਾਈਜ਼। ਇਹ ਮਿਲਿਆ ਇੱਕ ਮੋਬਾਈਲ ਐਪਲੀਕੇਸ਼ਨ ਹੈ, ਉਹਦਾ ਨਾਮ ਹੈਗਾ ਮੈਤਰੀ। ਇਹ ਜਿਹੜੀ ਐਪਲੀਕੇਸ਼ਨ ਹੈ ਇਹਦਾ ਕੰਮ ਕੀ ਸੀ, ਇਹ ਬੇਸਿਕਲੀ ਉਹ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕਰਦੀ ਸੀਗੀ, ਬ੍ਰਿੰਗ ਟੁਗੈਦਰ ਆਲ ਪੀਪਲ, ਠੀਕ ਹੈ, ਜਿਹੜੇ ਵੀ ਲੋਨਲੀਨੈਸ ਜਾਂ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਹ ਗੈਟ ਟੁਗੈਦਰ ਕਰਾਉਂਦੇ, ਠੀਕ ਹੈ। ਐਪਲੀਕੇਸ਼ਨ ਦੇ ਵਿੱਚ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ, ਆਪਾਂ ਨੂੰ ਤਾਂ ਨਹੀਂ ਪਤਾ, ਆਪਾਂ ਨੇ ਹਾਲੇ ਦੇਖੀ ਨਹੀਂ। ਤੇ ਉਸ ਤੋਂ ਇਲਾਵਾ ਲਾਸਟ ਨਿਊਜ਼ ਆ ਗਈ ਦੀ ਟਾਈਫੂਨ ਬਾਈਲੂ, ਇਹ ਕਿੱਥੇ ਰੀਸੈਂਟਲੀ ਹਿੱਟ ਕਰੇ ਨੇ? ਇਹ ਕਰਿਆ ਜੀ ਚਾਈਨਾ ਦੇ ਸ਼ਹਿਰ ਫੁਜਿਆਨ, ਠੀਕ ਹੈ। ਸੋ ਇਹ ਸੀ ਆਪਣਾ ਸਾਰਾ ਅੱਜ ਦਾ ਐਨਾਲਿਸਿਸ, ਮਿਲਦਾ ਕੱਲ੍ਹ ਦੀ ਨਿਊਜ਼ ਦੇ ਨਾਲ, ਧੰਨਵਾਦ।